ਕੀ ਔਰਤ ਨੂੰ ਭੇਡੇ ਕਹਿਣਾ ਵਾਜਿਬ ਹੈ? ਬੰਦਿਆਂ ਨੂੰ ਅਸੀਂ ਕਿੰਨਾ ਕੁਛ ਕਹਿ ਦਿੰਦੇ, ਅਰਜਨ ਵੈਲੀ ਕਿੰਨਾ ਚੱਲੇ, ਬੰਦੇ ਨੂੰ ਤਗੜਾ ਕਹਿੰਦੇ ਨੇ, ਬੰਦੇ ਨੂੰ ਅਸੀਂ ਨਿਕੰਮਾ ਕਹਿਣੇ ਆ, ਬੰਦੇ ਨੂੰ ਅਸੀਂ ਅਮਲੀ ਕਹਿਣੇ ਆ ਬੋਲੀਆਂ ਦੇ ਵਿੱਚ। ਜਿਹੜਾ ਭੇਡੇ ਸ਼ਬਦ ਹੈ ਯਾਰ, ਭੇਡ ਕਿੱਡਾ ਖੂਬਸੂਰਤ ਜਾਨਵਰ ਹੈ, ਨਾਲ ਤਾਂ ਵਿਚਾਰੀ ਉੱਨ ਦਿੰਦੀ ਹੈ ਭੇਡ। ਮਤਲਬ ਕੋਈ ਐਡਾ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ। ਜੇ ਤੁਸੀਂ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਇਹ ਕਰਨ ਲੱਗੇ ਨਾ, ਤਾਂ ਐਂ ਕਰੋ ਵੀ ਸਾਰੇ ਲੋਕ ਗੀਤ ਪਿੱਛੇ ਚੱਕ ਕੇ ਆ ਕਿਤਾਬ ਪਈ ਹੈ ਨਾਰ ਸਿੰਘ ਦੀ ਆ ਲੈ ਲਓ। ਕਿੰਨਾ ਸੋਹਣਾ ਮੁੰਡਾ ਗਾਉਂਦਾ, ਮੈਂ ਇੰਨੇ ਸਾਲਾਂ ਦੇ ਅਸੀਂ ਇਕੱਠੇ ਪ੍ਰੋਗਰਾਮ ਕੀਤੇ, ਕਿਵੇਂ ਉਹਨੇ ਪੁਰਾਣੀ ਗਾਇਕੀ ਨੂੰ ਤੇ ਨਵੀਂ ਦਾ ਕੰਬੀਨੇਸ਼ਨ, ਕੁਲਦੀਪ ਮਾਣਕ ਦੇ ਕਿੰਨੀ ਉਹਦਾ ਉਹ ਚੰਗਾ ਭਾਨ ਨਹੀਂ ਦੇਖਦੇ। ਫਿਰ ਜੇ ਇਸ ਤਰ੍ਹਾਂ ਸੜਕਾਂ ਤੇ ਆਉਣ ਲੱਗ ਗਏ, ਇਹਨਾਂ ਨੂੰ ਕਹੋ ਵੀ ਸਾਰੇ ਸਿੰਗਰਾਂ ਦਾ ਫਰੋਲਾ ਫਰੋੜ ਲਓ, ਪਿਛਲਾ ਸਾਰਿਆਂ ਦੇ ਵਿਰੁੱਧ ਆਵਾਜ਼ ਉਠਾਓ ਵੀ ਹੁਣ ਤਾਂ ਹੋਰ ਕੋ ਤਾਂ ਕੋਈ ਕੰਮ ਰਿਹਾ ਨੀਗਾ, ਹੁਣ ਤੁਸੀਂ ਸੜਕਾਂ ਤੇ ਆ ਗਏ। ਔਰਤ ਔਰਤ ਦੇ ਹੱਕ 'ਚ ਖੜ ਸਕਦੀ ਹੈ ਜੇ ਔਰਤ ਔਰਤ ਹੋਵੇ। ਜੇ ਔਰਤ ਔਰਤਾਂ ਵਾਲੇ ਕੰਮ ਨਹੀਂ ਕਰਦੀ, ਭਾਵੇਂ ਔਰਤ ਹੈ, ਭਾਵੇਂ ਸਾਡੀ ਧੀ ਹੈ, ਭਾਵੇਂ ਸਾਡੀ ਭੈਣ ਹੈ, ਮੈਂ ਤਾਂ ਨਿੰਦੂੰਗੀ। ਇਹ ਤਾਂ ਭੇਡ ਵਾਲੀ ਗੱਲ ਕਰਦੀ, ਤੂੰ ਕੀ ਜਾਣਦੀ ਭੇਡੇ, ਤੇ ਇਦੋਂ ਪਹਿਲਾਂ ਪਟੋਲਾ ਵੀ ਕਹਿੰਦੇ ਆ, ਪਟਾਕਾ ਵੀ ਕਹਿੰਦੇ ਆ, ਫਿਰ ਸਾਰੇ ਕੱਢ ਲਓ ਫਿਰ, ਹਨਾ, ਬੰਬ ਪੁਰਜਾ ਬੰਬ, ਉਹ ਅਸਲ 'ਚ ਚਾਹੀਦਾ ਇਹਨਾਂ ਨੂੰ ਅਸਲ 'ਚ, ਜਿਹੜੇ ਚਲੋ ਜੈਜ਼ੀਬੀ ਦੀ ਮੈਂ ਗੱਲ ਨਹੀਂ ਕਰਦੀ, ਹੀ ਇਜ਼ ਐਜੂਕੇਟਡ ਪਰਸਨ। ਹੈਡਿੰਗ ਬਣੂਗਾ ਵੀ ਫਲਾਨਾ ਧਮਕਾ ਇਮਕਾ, ਹਨਾ, ਮੈਂ ਜੈਜ਼ੀਬੀ ਦਾ ਗੀਤ ਚੰਗੀ ਤਰ੍ਹਾਂ ਸੁਣਿਆ, ਉਹ ਬੋਲੀ ਅਸੀਂ 50 ਵਾਰੀ ਗਿੱਧੇ 'ਚ ਪਾਈ ਹੈ, ਤੋਰ ਸ਼ਕੀਨਾਂ ਦੀ ਤੂੰ ਕੀ ਜਾਣਦੀ ਭੇਡੇ, ਮੈਂ ਵੀ ਪਾਈ ਹੈ ਗਿੱਧੇ 'ਚ, ਸਾਨੂੰ ਤਾਂ ਕਦੇ ਪੁਰਾਣੇ ਜ਼ਮਾਨੇ 'ਚ ਤਾਂ ਇਤਰਾਜ਼ ਨਹੀਂ ਹੁੰਦਾ ਸੀ। ਕੋਈ ਇਤਰਾਜ਼ ਨਹੀਂ ਅਗਰ ਉਹ ਤੁਹਾਨੂੰ ਕਹਿੰਦੇ ਆ ਤੂੰ ਕੀ ਜਾਣਦੀ ਭੇਡੇ। ਦੂਜਾ ਮਸਲਾ ਇਸ ਵੇਲੇ ਕਹਿੰਦੇ ਜੈਜ਼ੀਬੀ ਦਾ ਗਾਣਾ ਵੀ ਇੱਕ ਚਰਚਾ 'ਚ ਹੈ, ਔਰਤ ਨੂੰ ਕਿਹਾ ਕਹਿੰਦੇ ਤੂੰ ਕੀ ਭੇਡੇ ਤੂੰ ਕੀ ਜਾਣਦੀ ਟੌਰਚ, ਤਾਂ ਕੀ ਲੱਗਦੀ, ਹਾਂ ਤੂੰ ਕਹਿ ਟੌਰਚ ਕਿੰਨਾ ਦੀ ਤੂੰ ਕੀ ਜਾਣਦੀ ਭੇਡੇ, ਕੀ ਔਰਤ ਨੂੰ ਭੇਡੇ ਕਹਿਣਾ ਵਾਜਿਬ ਹੈ? ਤੁਸੀਂ ਮੇਰੀ ਗੱਲ ਸੁਣੋ, ਬੰਦਿਆਂ ਨੂੰ ਅਸੀਂ ਕਿੰਨਾ ਕੁਛ ਕਹਿ ਦਿੰਦੇ, ਅਰਜਨ ਵੈਲੀ ਕਿੰਨਾ ਚੱਲੇ, ਬੰਦੇ ਨੂੰ ਤਗੜਾ ਕਹਿੰਦੇ ਨੇ, ਬੰਦੇ ਨੂੰ ਅਸੀਂ ਨਿਕੰਮਾ ਕਹਿਣੇ ਆ, ਬੰਦੇ ਨੂੰ ਅਸੀਂ ਅਮਲੀ ਕਹਿਣੇ ਆ ਬੋਲੀਆਂ ਦੇ ਵਿੱਚ, ਮੈਂ ਗਿੱਧੇ ਦੀ ਬੈਸਟ ਡਾਂਸਰ ਰਹੀ ਹਾਂ, ਅਮਲੀ ਅਸੀਂ ਕਹਿੰਦੇ ਨੇ, ਕਮਲੇ ਨੂੰ ਚੜ ਗਿਆ ਚਾਰਨੀ ਮੈਂ ਰਿੰਡੀਆਂ ਸੇਵੀਆਂ, ਜੈ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ, ਮਤਲਬ ਫਿਰ ਅਸੀਂ ਇਹ ਤਾਂ ਫਿਰ ਇਹਦਾ ਮਤਲਬ ਅੱਛਾ ਮਲਕੀਤ ਦਾ ਗੀਤ ਕਿੱਥੋਂ ਹੁੱਟ ਹੋਇਆ, ਤੁਕ ਲੈ ਕੇ ਤੂਤਕ ਤੂਤੀਆਂ, ਫਿਰ ਦਲੇਰ ਮਹਿੰਦੀ ਦਾ ਕਿੱਥੋਂ ਹੋਇਆ, ਕਲੋਲ ਕਰਦੀ ਬੋਲੋ ਤਾਰਾ ਰਾ ਰਾ ਰਾ, ਇਹ ਜਿਹੜੀਆਂ ਲੋਕ ਬੋਲੀਆਂ ਕੋਈ ਵੀ ਚੱਕ ਲੈਂਦੇ, ਇਹਦੇ 'ਚ ਕੋਈ ਜਿਹੜਾ ਭੇਡੇ ਸ਼ਬਦ ਹੈ ਯਾਰ, ਭੇਡ ਕਿੱਡਾ ਖੂਬਸੂਰਤ ਜਾਨਵਰ ਹੈ, ਨਾਲ ਤਾਂ ਵਿਚਾਰੀ ਉੱਨ ਦਿੰਦੀ ਹੈ ਭੇਡ, ਨਾ ਕਦੇ ਬੋਲਦੀ ਹੈ ਵਿਚਾਰੀ, ਇਹ ਗੱਲਾਂ ਜਿਹੜੀਆਂ ਭੇਡ ਵਾਲੀਆਂ ਗੱਲਾਂ ਨਾ, ਈਵਨ ਸਾਡੇ ਮੈਂ ਬਠਿੰਡੇ ਨੂੰ ਬਿਲੋਂਗ ਕਰਦੀ ਹਾਂ, ਸਾਡੇ ਖਾਨਦਾਨ ਦੇ ਵਿੱਚ ਜਿਹੜੀਆਂ ਕੁੜੀਆਂ ਥੋੜੀਆਂ ਜਿਹੀਆਂ ਸਿੱਧੀਆਂ ਹੁੰਦੀਆਂ ਸੀ, ਈਵਨ ਸਾਡੇ ਵਰਗੀਆਂ, ਜੇ ਕੋਈ ਕੰਮ ਨਾ ਕਰਦਾ ਤਾਂ ਬੁੜੀਆਂ ਨੂੰ ਕਹਿੰਦਾ ਭੇਡੇ, ਤੈਨੂੰ ਤਾਂ ਪਤਾ ਹੀ ਨਹੀਂ। ਮਤਲਬ ਕੋਈ ਐਡਾ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ। ਜੇ ਤੁਸੀਂ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਇਹ ਕਰਨ ਲੱਗੇ ਨਾ, ਤਾਂ ਐਂ ਕਰੋ ਵੀ ਸਾਰੇ ਲੋਕ ਗੀਤ ਪਿੱਛੇ ਚੱਕ ਕੇ ਆ ਕਿਤਾਬ ਪਈ ਹੈ ਨਾਰ ਸਿੰਘ ਦੀ ਆ ਲੈ ਲਓ, ਇਹਦੇ 'ਚ ਜੋ ਕੁਛ ਲਿਖਿਆ ਨਾ ਤੁਸੀਂ, ਮੇਰੇ ਖਿਆਲ ਫਿਰ ਤਾਂ ਕਿਸੇ ਸਰਕਾਰ ਨੂੰ ਕੋਈ ਕਿਸੇ ਜਿੰਨੀਆਂ ਇਹ ਵੋਮੈਨ ਦੀਆਂ ਬਣੀਆਂ ਫਿਰ ਕੰਮ ਨਹੀਂ ਰਹਿਣਾ, ਫਿਰ ਆ ਜਾਓ ਸੜਕਾਂ ਤੇ ਆ ਜਾਣਗੇ, ਕਿਉਂਕਿ ਇੱਕ ਬਾਹਲਾ ਵਿਸ਼ਾ ਵੱਡਾ ਨਹੀਂ ਹੈਗਾ ਵੀ ਤੂੰ ਕੀ ਜਾਣਦੀ ਭੇਡ, ਕਿੰਨਾ ਸੋਹਣਾ ਉਹ ਮੁੰਡਾ ਗਾਉਂਦਾ, ਮੈਂ ਇੰਨੇ ਸਾਲਾਂ ਦੇ ਅਸੀਂ ਇਕੱਠੇ ਪ੍ਰੋਗਰਾਮ ਕੀਤੇ, ਕਿਵੇਂ ਉਹਨੇ ਪੁਰਾਣੀ ਗਾਇਕੀ ਨੂੰ ਤੇ ਨਵੀਂ ਦਾ ਕੰਬੀਨੇਸ਼ਨ, ਕੁਲਦੀਪ ਮਾਣਕ ਦੇ ਕਿੰਨੀ ਉਹਦਾ ਉਹ ਚੰਗਾ ਭਾਨ ਨਹੀਂ ਦੇਖਦੇ। ਸੁੱਖੀ ਬਰਾੜ ਨੇ ਪੰਜਾਬ ਦੀ ਮਿੱਟੀ ਦੀ ਗੱਲ ਕੀਤੀ, ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ, ਕਦੇ ਕਿਸੇ ਵੋਮੈਨ ਐਸੋਸੀਏਸ਼ਨ ਨੇ ਸਲਾਹਿਆ ਵੀ ਸਾਡੀ ਕੁੜੀ ਹੈ, ਸਾਡੀ ਪੰਜਾਬ ਦੀ ਜਿਹੜੀ ਬੁਲੰਦ ਆਵਾਜ਼ ਹੈ, ਕਦੇ ਇਹਨਾਂ ਨੇ ਗੱਲ ਕੀਤੀ ਹੈ ਜਿੰਨੀਆਂ ਹੁਣ ਸੜਕਾਂ ਤੇ ਬੈਠੇ ਆ, ਕਦੇ ਇਹ ਚੰਗੇ ਨੂੰ ਪ੍ਰੇਜ਼ ਕੀਤਾ ਇਹਨਾਂ ਨੇ, ਜਿਹੜੇ ਇਹਨਾਂ ਨੂੰ ਚੰਗੇ ਲੱਗਦੇ ਉਹਦੀ ਕਿਹੜਾ ਪ੍ਰੇਜ਼ ਕਰਦੇ ਆ। ਫਿਰ ਜੇ ਇਸ ਤਰ੍ਹਾਂ ਸੜਕਾਂ ਤੇ ਆਉਣ ਲੱਗ ਗਏ, ਇਹਨਾਂ ਨੂੰ ਕਹੋ ਵੀ ਸਾਰੇ ਸਿੰਗਰਾਂ ਦਾ ਫਰੋਲਾ ਫਰੋੜ ਲਓ, ਪਿਛਲਾ ਸਾਰਿਆਂ ਦੇ ਵਿਰੁੱਧ ਆਵਾਜ਼ ਉਠਾਓ ਵੀ ਹੁਣ ਤਾਂ ਹੋਰ ਕੋ ਤਾਂ ਕੋਈ ਕੰਮ ਰਿਹਾ ਨੀਗਾ, ਹੁਣ ਤੁਸੀਂ ਸੜਕਾਂ ਤੇ ਆ ਗਏ। ਸੁੱਕੀ ਮੈਮ ਜੀ, ਔਰਤ ਔਰਤ ਦੀ ਮਦਦ ਨਹੀਂ ਕਰੂਗੀ, ਔਰਤ ਔਰਤ ਦੇ ਹੱਕ 'ਚ ਨਹੀਂ ਖੜੂਗੀ, ਤਾਂ ਕੌਣ ਖੜੂਗਾ ਫਿਰ? ਔਰਤ ਔਰਤ ਦੇ ਹੱਕ 'ਚ ਖੜ ਸਕਦੀ ਹੈ ਜੇ ਔਰਤ ਔਰਤ ਹੋਵੇ। ਜੇ ਔਰਤ ਔਰਤਾਂ ਵਾਲੇ ਕੰਮ ਨਹੀਂ ਕਰਦੀ, ਭਾਵੇਂ ਇਹ ਔਰਤ ਹੈ, ਭਾਵੇਂ ਸਾਡੀ ਧੀ ਹੈ, ਭਾਵੇਂ ਸਾਡੀ ਭੈਣ ਹੈ, ਮੈਂ ਤਾਂ ਨਿੰਦੂੰਗੀ। ਜੇ ਔਰਤ ਔਰਤਾਂ ਵਾਲੇ ਕੰਮ ਨਹੀਂ ਕਰਦੀ, ਆਪਾਂ ਉਹਦੇ ਹੱਕ 'ਚ ਖੜ ਜਾਈਏ, ਹਨਾ, ਤੇ ਇਹਦਾ ਮਤਲਬ ਫਿਰ ਹੋਰ ਕੁੜੀਆਂ ਵੀ ਉਵੇਂ ਉਸ ਪਾਸੇ ਉਸ ਦਿਸ਼ਾ ਵੱਲ ਹੀ ਜਾਣਗੀਆਂ।
ਇਹ ਤਾਂ ਭੇਡ ਵਾਲੀ ਗੱਲ ਕਰਦੀ, ਤੂੰ ਕੀ ਜਾਣਦੀ ਭੇਡੀ, ਤੇ ਇਦੂ ਪਹਿਲਾਂ ਪਟੋਲਾ ਵੀ ਕਹਿੰਦੇ ਆ, ਪਟਾਕਾ ਵੀ ਕਹਿੰਦੇ ਆ, ਫਿਰ ਸਾਰੇ ਕੱਢ ਲਓ ਫਿਰ, ਹਨਾ ਬੰਬ ਪੁਰਜਾ ਬੰਬ, ਉਹ ਅਸਲ ਚ ਚਾਹੀਦਾ ਇਹਨਾਂ ਨੂੰ ਅਸਲ ਚ ਜਿਹੜੇ, ਚਲੋ ਜੈਜ਼ੀਬੀ ਦੀ ਮੈਂ ਗੱਲ ਨੀ ਕਰਦੀ, ਹੀ ਇਜ਼ ਐਜੂਕੇਟਡ ਪਰਸਨ। ਇੱਕ ਕਾਫੀ ਫਿਲਮਾਂ ਵਾਲੇ ਮੈਨੂੰ ਗੀਤ ਕਰਦੇ ਆ, ਫੋਨ ਕਰਦੇ ਆ ਜਦੋਂ ਉਹ ਗੀਤ ਪਾਉਂਦੇ ਨਾ ਕਿਸੇ ਫਿਲਮ ਚ, ਬੰਬੇ ਤੋਂ ਲੈ ਕੇ ਸੁਭਾਸ਼ ਘਈ ਤੋਂ, ਤਾਂ ਵੀ ਮੈਡਮ ਆ ਠੀਕ ਹੈ, ਮੈਂ ਕਹਿੰਦੀ ਠੀਕ ਹੈ। ਤੇ ਜਿਹੜੇ ਨਵੇਂ ਸਿੰਗਰ ਪੁਰਾਣੇ ਸਿੰਗਰ ਆ, ਜੇ ਮਾੜਾ ਜਾ ਸਾਡੇ ਵਰਗੇ, ਮੈਂ ਨੀ ਕਹਿੰਦੀ ਮੇਰੇ ਵਰਗੇ 100 ਬੁੱਧੀਜੀਵੀ ਪੰਜਾਬ ਚ ਬੈਠੇ ਜਿਨ੍ਹਾਂ ਨੂੰ ਫੋਕ ਦੀ ਨੌਲੇਜ ਅਤੇ ਕਲਚਰ ਦੀ, ਤੇ ਜੇ ਇੱਕ ਫੋਨ ਕਰ ਲਿਆ ਕਰਨ, ਤੁਕ ਤੁਕ ਬੰਦੀ ਛੇੜਨ ਤੋਂ ਪਹਿਲਾਂ ਵੀ ਇਹਦੇ ਨਾਲ ਵਿਵਾਦ ਛੇੜ ਸਕਦਾ, ਉਹਦੀ ਥਾਂ ਤੇ ਕੁਛ ਹੋਰ ਪਾ ਦਿਆ ਕਰਨ, ਫਰਕ ਵੀ ਕੀ ਪੈਂਦਾ ਜੇ ਲੋਕ ਪ੍ਰਵੋਕ ਹੁੰਦੇ, ਕਿਉਂਕਿ ਲੋਕਾਂ ਨੂੰ ਗਗਨ ਸੋਸ਼ਲ ਮੀਡੀਆ ਆ ਗਿਆ, ਹਰ ਇੱਕ ਚਾਹੁੰਦਾ ਮੇਰੀ ਕਦੋਂ ਵਾਇਰਲ ਹੋਵੇ ਵੀਡੀਓ, ਕਦੋਂ ਮੈਂ ਛਾ ਜਾਂ, ਕਦੇ ਕੋਈ ਤੁਕ ਫੜ ਲੈਂਦੀ ਆ ਸੋਸ਼ਲ ਮੀਡੀਆ, ਦੇਖਿਆ ਨੀ ਤੁਸੀਂ, ਮਾਇੰਡ ਨਾ ਕਰੇ ਤੁਸੀਂ ਵੀ ਸੋਸ਼ਲ ਮੀਡੀਆ, ਕਦੇ ਉੱਤੇ ਕੁਛ ਹੁਣ ਪਤਾ ਨੀ ਕੀ ਉੱਤੇ ਮੇਰਾ ਹੈਡਿੰਗ ਬਣੂਗਾ ਵੀ ਫਲਾਨਾ ਧਮਕਾ ਇਮਕਾ, ਹਨਾ ਮੈਂ ਜੈਜ਼ੀਬੀ ਦਾ ਗੀਤ ਚੰਗੀ ਤਰ੍ਹਾਂ ਸੁਣਿਆ, ਉਹ ਬੋਲੀ ਅਸੀਂ 50 ਵਾਰੀ ਗਿੱਧੇ ਚ ਪਾਈ ਆ, ਤੋਰ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ, ਮੈਂ ਵੀ ਪਾਈ ਆ ਗਿੱਧੇ ਚ, ਸਾਨੂੰ ਤਾਂ ਕਦੇ ਪੁਰਾਣੇ ਜ਼ਮਾਨੇ ਚ ਤਾਂ ਇਤਰਾਜ਼ ਨੀ ਹੁੰਦਾ ਸੀ, ਜਦੋਂ ਸੋਸ਼ਲ ਮੀਡੀਆ ਆ ਗਿਆ ਉਦੋਂ ਇਤਰਾਜ਼ ਹੋਇਆ। ਤੁਹਾਨੂੰ ਕੋਈ ਇਤਰਾਜ਼ ਨੀ ਅਗਰ ਉਹ ਤੁਹਾਨੂੰ ਕਹਿੰਦੇ ਆ ਤੂੰ ਕੀ ਜਾਣਦੀ ਭੇਡੇ, ਨੱਚਦੇ ਜਦੋਂ ਜਦੋਂ ਗੀਤ ਤੇਰੇ ਚ ਤੇਰਾ ਯਾਰ ਬੋਲਦਾ ਉਦੋਂ ਨੀ ਇਤਰਾਜ਼ ਹੁੰਦਾ, ਜਦੋਂ ਪਿਓ ਤੇ ਧੀ ਇਕੱਠੇ ਨੱਚਦੇ ਆ ਤੇਰੇ ਚ ਤੇਰਾ ਯਾਰ ਬੋਲਦਾ, ਉਦੋਂ ਮਾੜੀ ਗੱਲ ਤਾਂ ਨੀ ਕੀਤੀ, ਉਦੋਂ ਨਾ ਬੋਲੇ ਬਈ, ਬਿਲਕੁਲ ਠੀਕ ਹੈ ਨਾ। ਹੁਣ ਕਿਉਂ ਯਾਦ ਆ ਗਿਆ ਇਹਨਾਂ ਦੇ ਭਾਈ, ਫਿਰ ਦੇਖੋ ਦੂਜੀ ਗੱਲ, ਇੱਕ ਲੋਕ ਬੋਲੀ ਹੋਰ ਇਹਦੇ ਵਿੱਚ ਹੈ ਕਿ ਤਾਵੇ 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 ਡੱਬੂ ਕੁੱਤਾ ਮੇਰੇ ਵੀਰ ਦਾ, ਥਾਣੇਦਾਰ ਦੀ ਕੁੜੀ ਚੱਕ ਲਿਆਵੇ, ਕੁੜੀ ਚੱਕ ਡਿਪਟੀ ਦੀ ਜਿਹੜੀ ਲੰਮੀਆਂ ਤਰੀਕਾਂ ਪਾਵੇ, ਫਿਰ ਤਾਂ ਸਾਰੀ ਪੁਲਿਸ ਵੀ ਪੰਜਾਬ ਪੁਲਿਸ ਸਾਡੇ ਉਲਟ ਹੋਜੂਗੀ, ਫਿਰ ਸਾਰੇ ਫਿਰ ਲੋਕਾਂ ਨੂੰ ਟਾਈਮ ਨੀ ਮਿਲਣਾ, ਸਾਰੇ ਮਹਿਕਮੇ ਆਉਂਦਾ ਸਾਡੇ ਕੋਲੇ, ਫਿਰ ਆਖੇ ਨਾਂਜਾਂ ਦੇ ਘਰ ਚੋਰੀ ਹੋ ਗਈ ਰੂਬੇ ਜਾਂ ਵੱਡੀ ਦੇ ਵਿੱਚੇ ਸੁਣੀ ਦਾ ਤੂੰ, ਫਿਰ ਮਾਂ ਤੇਰੀ ਮਾਂ ਨੇ ਸੁਨਿਆਰਾ ਕੀਤਾ, ਦੱਸ ਕੀ ਕਿੱਧਰ ਜਾਊਂਗੇ, ਫਿਰ ਤੇਰੀ ਮਾਂ ਨੇ ਤੇਲੀ ਕੀਤਾ ਹਨਾ, ਫਿਰ ਚੂੜੀ ਚੜ ਗਈ ਜੰਡ ਤੇ, ਆਹ ਸਾਰੀਆਂ ਬੋਲੀਆਂ ਇਹਦੇ ਵਿੱਚ ਦਰਜ ਹੈ, ਸੁੱਖੀ ਬਰਾੜ ਨੀ ਕਹਿ ਰਹੀ, ਨਾਰ ਡਾਕਟਰ ਨਾਰ ਸਿੰਘ ਦੀ ਕਿਤਾਬ ਆਹ ਕਰ ਲਓ ਸਭ, ਸਕਰੀਨ ਲੈ ਲਓ ਇਹ ਪੜ ਲਿਓ, ਇਹਦਾ ਮਤਲਬ ਫਿਰ ਇਹੋ ਜਿਹੇ ਬੁੱਧੀਜੀਵੀ ਜਿਨ੍ਹਾਂ ਨੇ ਕਲੈਕਸ਼ਨ ਕੀਤੀ ਹੈ ਉਹਨਾਂ ਨੂੰ ਵੀ ਅੰਦਰ ਕਰੋ ਫੜ ਕੇ, 100 ਕਿਤਾਬਾਂ ਜਿਨ੍ਹਾਂ 'ਚ ਸਾਰੀਆਂ ਗੱਲਾਂ ਤੂੰ ਕੀ ਜਾਣਦੀ ਭੇਡੇ ਤੋਂ ਸ਼ਕੀਨਾ ਦੀ ਤੋਂ ਲੈ ਕੇ ਸੁਨਿਆਰਾ, ਹਰ ਜਾਤ ਪਾਤ ਬਰਾਦਰੀ ਦੀਆਂ ਗੱਲਾਂ, ਜਦੋਂ ਕਿ ਉਹ ਨਹੀਂ ਸੀ ਗੁੱਸਾ ਕਰਦੇ ਜਦੋਂ ਅਸੀਂ ਉਹਨਾਂ 'ਚ ਗਾਉਂਦੇ ਸੀ ਪਿੰਡਾਂ 'ਚ, ਉਹ ਸਾਨੂੰ ਕਹੀ ਜਾਂ ਸਭ ਤੋਂ ਵੱਧ ਤਾਂ ਜੱਟ ਬਦਨਾਮ ਹੈ ਤੇ ਜੱਟੀ ਬਦਨਾਮ ਹੈ ਮੇਰੇ ਵਰਗੀ, ਜੱਟੀ ਨੇ ਐਂ ਕਰਤਾ, ਜੱਟੀ ਐਂ ਹੋਗੀ, ਜੱਟ ਐਂ ਹੋਗੀ, ਫਿਰ ਜੱਟਾਂ ਨੂੰ ਵੀ ਚਾਹੀਦਾ ਕੇਸ ਕਰਨਾ ਇਹਨਾਂ 'ਤੇ, ਸਾਰਾ ਜੱਟ ਕੌਮ ਹੀ ਨਹੀਂ ਹੈਗੀ ਜਿਹਨੂੰ ਹਰ ਵੇਲੇ ਬਦਨਾਮ ਕਰੀ ਜਾਂਦੇ। ਪਰ ਹੁਣ ਕਿਉਂ ਇਹ ਚੀਜ਼ਾਂ ਨੂੰ ਐਕਸਪੋਜ਼ ਕੀਤਾ ਜਾ ਰਿਹਾ ਸੁਖੀਮਾ? ਹੁਣ ਜਸਟ ਪਬਲਿਸਿਟੀ ਲੈਣ ਵਾਸਤੇ ਜਸਟ, ਕਿਉਂਕਿ ਸੋਸ਼ਲ ਮੀਡੀਆ ਚੱਲ ਪਿਆ, ਆ ਜਿੰਨੇ ਚੈਨਲਾਂ ਨੇ ਮੇਰਾ ਖਿਆਲ ਥੋਥੋਂ ਪਿੱਛੋਂ ਵੀ ਆਉਣ ਵਾਲੇ ਕਈ ਚੈਨਲ, ਜਸਟ ਕਿ ਸਾਡੀ ਉਹ ਕੀ ਵਧੇ, ਟੀ ਆਰ ਪੀ ਕਹਿੰਦੇ ਉਹਨੂੰ, ਕੀ ਵਧੇ ਵੀ ਸਾਡੀ ਉਹ ਵਧੇ ਤੇ ਯੂਟਿਊਬ ਚ ਪੈਸੇ ਡਿੱਗਣ ਫਟਾਫਟ, ਟੋਪਿਕ ਕੋਈ ਵੀ ਹੋਵੇ, ਬਦਨਾਮ ਜੈਜ਼ੀ ਵੀ ਹੋ ਜਾਏ ਭਾਵੇਂ ਸੁੱਖੀ ਬਰਾੜ ਹੋ ਜਾਏ, ਚੱਕ ਦਿਓ ਫੱਟੇ ਬਸ ਟੋਪਿਕ ਲਓ, ਫਿਰ ਇੱਕ ਇੱਕ ਤੋੜ ਮਰੋੜ ਕੇ ਇਹੋ ਜਿਹਾ ਕੁਛ ਕਰਦੇ ਆ, ਮੈਂ ਤਾਂ ਹੈਰਾਨ ਹੋ ਜਾਂਦੀ ਹਾਂ, ਮੇਰੀ ਇੰਟਰਵਿਊ ਤੋਂ ਬਾਅਦ ਹੀ ਵਿੱਚੋਂ ਨਿਕਲਦਾ ਕੁਛ ਨੀ, ਵਿੱਚੋਂ ਨਿਕਲਦਾ ਕੁਛ ਨੀ, ਕਹਿੰਦੇ ਫਲਾਨਾ ਅੱਜ ਪਾਰਟੀ ਚ ਰਲ ਰਿਹਾ, ਫਲਾਨਾ ਰਲ ਗਿਆ, ਫਿਰ ਪਿੱਛੋਂ ਕਹਿੰਦੇ ਸਾਡਾ ਵਿਚਾਰ ਸੀ ਵੀ ਸ਼ਾਇਦ ਰਲੂਗਾ ਕਿ ਨਹੀਂ ਰਲੂਗਾ, ਸੋ ਸਾਰੇ ਪਾਸੇ ਮਾੜਾ ਰੁਝਾਨਾ, ਰਾਜਨੀਤੀ ਦਾ ਵੀ ਮਾੜਾ ਰੁਝਾਨਾ, ਸੱਭਿਆਚਾਰ ਦਾ ਵੀ ਮਾੜਾ, ਮੈਂ ਤਾਂ ਚੈਨਲ ਬਦਲਦੀ ਹਾਂ ਨਾ ਜਦੋਂ, ਮੈਨੂੰ ਲੱਗਦਾ ਵੀ ਕਿੰਨੇ ਕੁ ਬਦਲ ਗਏ ਹੋਣਗੇ ਪਾਰਟੀ ਚ, ਚੈਨਲ ਤਾਂ ਬਦਲਣ ਤੇ ਦੇਰ ਲੱਗਦੀ ਹੈ, ਪਾਰਟੀ ਬਦਲਣ ਤੇ ਦੇਰ ਹੀ ਨਹੀਂ ਲੱਗਦੀ, ਇੱਕ ਮਿੰਟ ਲੱਗਦਾ। ਅੱਛਾ, ਮੇਰਾ ਲਾਸਟ ਸਵਾਲ ਹੈ ਤੁਹਾਨੂੰ, ਕੀ ਕਹਿਣਾ ਚਾਹੁੰਦੇ ਹੋ ਕੁੜੀਆਂ ਨੂੰ ਖਾਸ ਕਰਕੇ, ਕਿਉਂਕਿ ਤੁਸੀਂ ਰੋਲ ਮਾਡਲ ਹੋ, ਤੁਹਾਡੀ ਕਹੀ ਹੋਈ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਮੈਂ ਕੁੜੀਆਂ ਨੂੰ, ਮੇਰੀਆਂ ਧੀਆਂ ਨੂੰ, ਸਾਰੀਆਂ ਪੰਜਾਬ ਦੀਆਂ ਨੂੰ, ਭਾਵੇਂ ਉਹ ਆਰਕੈਸਟਰਾ ਡਾਂਸਰ ਨੇ, ਭਾਵੇਂ ਕੋਈ ਹੋਰ ਰੋਜੀ ਰੋਟੀ ਕਮਾਉਂਦੀਆਂ, ਕੋਈ ਵੀ, ਮੈਂ ਇਹੀ ਬੇਨਤੀ ਕਰੂੰਗੀ, ਬੱਚਿਓ ਤੁਸੀਂ ਕਮਾਈ ਕਰੋ, ਫੇਅਰ ਡੀਲ ਕਰੋ, ਮਤਲਬ ਦਸਾਂ ਨਹਾਂ ਦੀ ਕਿਰਤ ਕਰੋ, ਤੁਸੀਂ ਮਾੜੇ ਪਾਸੇ ਨਾ ਜਾਓ, ਮਾੜਾ ਪਾਸਾ ਮੀਨਸ ਜੇ ਤੁਹਾਨੂੰ ਪ੍ਰੋਡਿਊਸਰ ਕਹਿੰਦੇ ਵੀ ਨੇ ਨਾ ਤੁਸੀਂ ਇਹੋ ਜਿਹੇ ਐਕਸ਼ਨ ਕਰਨੇ, ਛੱਡ ਕੇ ਆ ਜਾ ਕਰੋ,
ਠੀਕ ਹੈ, ਬੜੇ ਰੋਜ਼ਗਾਰ ਦੇ ਸਾਧਨ ਨੇ, ਬੜਾ ਕੁਛ ਸਰਕਾਰਾਂ ਨੇ ਵੀ ਚਲਾਇਆ, ਸੈਂਟਰ ਸਰਕਾਰ ਤੋਂ ਲੈ ਕੇ ਇਧਰ ਬੜੀਆਂ ਰੋਜ਼ਗਾਰ, ਕੋਈ ਕਢਾਈ ਸਿਲਾਈ ਕਰ ਲਓ, ਜਾਣੀ ਰੋਟੀ ਹੱਕ ਦੀ ਖਾਓ, ਇੱਜ਼ਤ ਦੀ ਕਮਾਈ ਕਰੋ ਬੱਚਿਓ, ਤੇ ਥੋੜਾ ਜਿਹਾ ਆਪਣੇ, ਤੁਸੀਂ ਵੀ ਕਿਸੇ ਦੀਆਂ ਧੀਆਂ ਕਿਸੇ ਦੀਆਂ ਭੈਣੋ, ਆਪਣੇ ਬਾਪ ਦੀ ਇੱਜ਼ਤ, ਭੈਣਾਂ ਭਰਾਵਾਂ ਦੀ ਇੱਜ਼ਤ ਦਾ ਧਿਆਨ ਰੱਖੋ। ਦੂਜੀ ਗੱਲ, ਸਰੋਤਿਆਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ, ਜੇ ਕੋਈ ਬੱਚਾ ਸਟੇਜ ਤੇ ਇਹੋ ਜਿਹੀ ਗਲਤੀ ਕਰਦਾ, ਹਰਕਤ ਕਰਦਾ, ਤਾਂ ਉਹਨੂੰ ਅਣਜਾਣ ਸਮਝ ਕੇ, ਕੋਈ ਮਜਬੂਰੀ ਚ ਵਿਚਾਰੀ ਡਾਂਸ ਕਰਦੀ ਹੋਣੀ, ਉਹਨੂੰ ਮਾਫ਼ ਜ਼ਰੂਰ ਕਰ ਦੇਣਾ ਚਾਹੀਦਾ। ਅਤੇ ਜਿਹੜੇ ਸੋ ਕਾਲਡ ਪ੍ਰੋਡਿਊਸਰ ਨੇ, ਜਿਹੜੇ ਇਹ ਗਰੁੱਪ ਲੈ ਕੇ ਤੁਰੇ ਫਿਰਦੇ ਨੇ, ਉਹਨਾਂ ਨੂੰ ਡਟ ਕੇ, ਜਿਹੜੇ ਗਰੁੱਪ ਦੀ ਵੀ ਕੁੜੀ ਆ ਜਾਂ ਮੁੰਡਾ, ਉਹਨਾਂ ਦਾ ਸਾਥ ਦੇਣਾ ਹੀ ਚਾਹੀਦਾ ਮੇਰੇ ਖਿਆਲ ਚ ਵੀ। ਇੰਨਾ ਵੀ ਨਹੀਂ ਬੱਚੀ ਨੂੰ, ਕਿਉਂਕਿ ਬੱਚੀ ਬਾਲ ਬਾਲ ਬੋਲ ਰਹੀ ਹੈ, ਤਾਂ ਉਹਦੇ ਦਿਲ ਚ ਕੋਈ ਤਕਲੀਫ਼ ਤਾਂ ਉਹਦੇ ਦਿਲ ਚ ਹੋਊਗੀ ਨਾ, ਪੀੜ ਤਾਂ ਹੈਗੀ ਆ ਨਾ ਜਿਹੜੀ ਬੋਲਦੀ ਹੈ ਵਾਰ ਵਾਰ।